ਆਪਣੇ ਵਿਚਾਰ ਬੈਠੇ ਹਨ ਕਿ ਗੱਲ ਹੋਵੇਗੀ
ਸਰੀਰ ਬਾਥਰੂਮ ਸ਼ਰਮ ਦਾ ਚਲਣਾ ਹੈ ਗੁਰਪੁਰਬ ਮੰਡੀ ਗੇਟ ਤੋਂ ਸਵੇਰੇ 8 ਵਜੇ ਉਹਦੇ ਵਿੱਚ ਆਦਮੀਆਂ ਨੇ ਉਹਨਾਂ ਨੂੰ ਆ ਕੇ ਸਹਿਯੋਗ ਕਰਨਾ ਹੈ ਗਾਜੀਪੁਰ ਮੱਠ ਵਾਸਤੇ। ਔਰ ਨਾਲ ਹੀ ਬੇਨਤੀ ਹੈ ਕਿਸੇ ਨੂੰ ਵੀ ਖਰਚੇ ਦੀ ਪਰੇਸ਼ਾਨੀ ਹੋਵੇ ਜਾਂ ਤੇਲ ਵਗੈਰਾ ਦੀ ਕੋਈ ਸਲਾਹ ਕਰਕੇ ਸਾਰੇ ਸਵੇਰੇ ਦਾ ਸਰਦਾ ਆਦਮੀਆਂ ਨੇ ਧਿਆਨ ਰੱਖਣਾ ਹੈ ਕਿਉਂਕਿ ਕੋਵਿਡ ਦੇ ਦਿਨ ਹਨ, ਬਰਸਾਤ ਦੇ ਦਿਨ ਹਨ, ਕਈ ਵਾਰੀ ਜਾਨ ਨੂੰ ਚੈੱਕ ਕਰਦਾ ਬਰਸਾਤਾ ਕੋਈ ਨਹੀਂ ਹੁੰਦਾ। ਸੋ ਇਸ ਕਰਕੇ ਇਹ ਵੀ ਮਨਪ੍ਰੀਤ ਸਿੰਘ ਜੀ ਉਹਨਾਂ ਨੂੰ ਸਹਿਯੋਗ ਸੇਵਾ ਕਰਨਗੇ। ਜੇ ਕਿਸੇ ਦੀ ਗਾਂਧ ਜੀ ਦਾ ਪੂਰਾ ਨਿਸ਼ਚਾ ਹੋਵੇ ਤਾਂ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਮੰਡੀ ਗੇ ਉਹ ਬਣ ਜਾਵੇ। ਸਾਰਾ ਪਾਰਟੀਆਂ ਦੇ ਸਾਹਮਣੇ ਕੁਝ ਸਮਾਂ ਆਦਮੀਆਂ ਨੇ ਹੋਰ ਬੈਠਣਾ ਹੈ ਕਿ ਦੇਖ ਬੱਚੇ ਵੀ ਅਰਦਾਸ ਹੋ ਕੇ ਮਾਤਾ ਜੀ ਸਰਦਾਰ ਜੋ ਮਾਤਾ ਜੀ ਰਜੀਤ ਕੌਰ ਜੀ ਖਾਲਸਾ ਜਿਨ੍ਹਾਂ ਦੇ ਹਰ ਸੇਵਾਦਾਰ ਸਾਡੇ ਮਾਤਾ ਜੀ ਗੁਰਮੀਤ ਕੌਰ ਜੀ ਜਿਨ੍ਹਾਂ ਨੇ 17 ਸਾਲ ਇੱਥੇ ਸੇਵਾ ਨਿਭਾਈ ਹੈ ਵਾਲੀ ਸੇਵਾ। ਸੋ ਆਦਮੀਆਂ ਨੇ ਸਾਨੂੰ ਬਹੁਤ ਸਾਰਾ ਚਾਹਾਂ ਪਾਇਆ। ਹੁਣ ਆਦਮੀਆਂ ਨੂੰ ਮਾਤਾ ਜੀ ਗੁਰਬਾਣੀ ਦੇ ਨਾਲ ਜੁੜਨਗੇ। ਪਰ ਇਹ ਵੀ ਮਰਨਾ ਨਹੀਂ ਹੈ, ਅੱਜ ਅਸੀਂ ਸਾਰੇ